ਸਾਬਕਾ ਡੀਜੀਪੀ ਦੇ ਗ੍ਰਿਫਤਾਰੀ ਵਾਰੰਟ ਰੱਦ ਕਰਨ ਦਾ ਮਾਮਲਾ ਗ੍ਰਿਫਤਾਰੀ ਵਾਰੰਟ ਰੱਦ ਕਰਨ ਦੇ ਮਾਮਲੇ ਤੇ ਸੁਣਵਾਈ ਟਲੀ ਹੈ। ਮਾਮਲੇ ਦੇ ਵਿੱਚ 19 ਨਵੰਬਰ ਤੱਕ ਸੁਣਵਾਈ ਟਲ ਗਈ ਹੈ। ਦੱਸ ਦਈਏ ਕਿ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਸੀ, ਮੋਹਾਲੀ ਕੋਰਟ ਦੇ ਵਿੱਚ ਵੀ ਸੁਣਵਾਈ ਹੋਣੀ ਸੀ। ਦੱਸ ਦਈਏ ਕਿ ਬਾਕੀ ਦੋ ਪਟੀਸ਼ਨਾਂ ਜਿਹੜੀਆਂ ਨੇ ਅੱਜ ਸੁਪਰੀਮ ਕੋਰਟ ਦੇ ਵਿੱਚ ਵੀ ਉਹਨਾਂ ਦੇ ਉੱਤੇ ਸੁਣਵਾਈ ਹੈ, ਪਰ ਇਹ ਮੋਹਾਲੀ ਕੋਰਟ ਦਾ ਮਾਮਲਾ ਹੈ ਜਿਸ ਦੇ ਵਿੱਚ ਸੁਣਵਾਈ 19 ਨਵੰਬਰ ਤੱਕ ਟਲ ਗਈ ਹੈ। ਸਾਬਕਾ ਡੀਜੀਪੀ ਦੇ ਗ੍ਰਿਫਤਾਰੀ ਵਾਰੰਟ ਰੱਦ ਕਰਨ ਦਾ ਮਾਮਲਾ ਹੈ। ਸਾਬਕਾ ਡੀਜੀਪੀ ਸੁਮੇਧ ਸੈਣੀ ਦੇ ਮਾਮਲੇ ਨੂੰ ਲੈ ਕੇ ਸੁਣਵਾਈ ਸੀ ਅੱਜ ਮੋਹਾਲੀ ਕੋਰਟ ਦੇ ਵਿੱਚ, ਪਰ ਉਹ ਸੁਣਵਾਈ ਟਲ ਗਈ ਹੈ ਫਿਲਹਾਲ ਦੇ ਲਈ। ਹੁਣ 19 ਨਵੰਬਰ ਨੂੰ ਸੁਣਵਾਈ ਹੋਵੇਗੀ। ਸਾਬਕਾ ਡੀਜੀਪੀ ਦੇ ਗ੍ਰਿਫਤਾਰੀ ਵਾਰੰਟ ਰੱਦ ਕਰਨ ਦਾ ਇਹ ਮਾਮਲਾ ਸੀ, ਇਸ ਨੂੰ ਲੈ ਕੇ ਸੁਣਵਾਈ ਮੋਹਾਲੀ ਕੋਰਟ ਦੇ ਵਿੱਚ ਹੋਣੀ ਸੀ, ਪਰ ਇਹ ਸੁਣਵਾਈ ਫਿਲਹਾਲ ਦੇ ਲਈ ਰੱਦ ਹੋ ਗਈ ਹੈ ਔਰ ਹੁਣ 19 ਨਵੰਬਰ ਨੂੰ ਸੁਣਵਾਈ ਹੋਵੇਗੀ। ਦੱਸ ਦਈਏ ਕਿ ਬੀਤੇ ਦਿਨ SIT ਦੇ ਸਾਹਮਣੇ ਸਾਬਕਾ ਡੀਜੀਪੀ ਸੁਮੇਧ ਸੈਣੀ ਦੀ ਪੇਸ਼ੀ ਹੋਈ ਸੀ। ਬਲਵੰਤ ਸਿੰਘ ਮੁਲਤਾਨੀ ਅਗਵਾ ਅਤੇ ਕਤਲ ਮਾਮਲੇ ਦੇ ਵਿੱਚ ਪੇਸ਼ੀ ਹੋਈ ਸੀ, ਜਿਸ ਤੋਂ ਬਾਅਦ ਪੁੱਛਗਿੱਛ ਕੀਤੀ ਗਈ ਸੁਮੇਧ ਸੈਣੀ ਦੇ ਕੋਲੋਂ SIT ਦੇ ਵੱਲੋਂ, ਔਰ ਅੱਜ ਮੋਹਾਲੀ ਕੋਰਟ ਦੇ ਵਿੱਚ ਸੁਣਵਾਈ ਹੋਣੀ ਸੀ ਮਾਮਲੇ ਦੀ, ਗ੍ਰਿਫਤਾਰੀ ਵਾਰੰਟ ਰੱਦ ਕਰਨ ਦੇ ਮਾਮਲੇ ਦੇ ਵਿੱਚ ਇਹ ਸੁਣਵਾਈ ਸੀ ਜੋ ਟਲ ਗਈ ਹੈ ਫਿਲਹਾਲ, ਔਰ 19 ਨਵੰਬਰ ਨੂੰ ਇਹ ਸੁਣਵਾਈ ਹੁਣ ਹੋਵੇਗੀ। ਆਸ਼ੂ ਨਿੱਜਾ ਸਹਿਯੋਗੀ ਸਾਡੇ ਨਾਲ ਜੁੜੇ ਆ। ਆਸ਼ੂ, ਕੀ ਕੋਈ ਜਾਣਕਾਰੀ ਹੈ ਤਮਾਮ? ਜੀ ਜਤਿੰਦਰ, ਜੇਕਰ ਗੱਲ ਕਰੀਏ ਅੱਜ ਮੋਹਾਲੀ ਕੋਰਟ ਦੇ ਵਿੱਚ ਜੋ ਗ੍ਰਿਫਤਾਰੀ ਵਾਰੰਟ ਸੁਮੇਧ ਸਿੰਘ ਸੈਣੀ ਦੇ ਨਿਕਲੇ ਸੀ, 302 ਜੋ ਕਤਲ ਦੀ ਧਾਰਾ ਲੱਗੀ ਸੀ ਉਹਨਾਂ ਉੱਪਰ, ਉਸਨੂੰ ਲੈ ਕੇ ਅੱਜ ਰੱਦ ਕਰਨ ਦੀ ਸੁਮੇਧ ਸਿੰਘ ਸੈਣੀ ਵੱਲੋਂ ਜਿਹੜੀ ਪਟੀਸ਼ਨ ਦਾਇਰ ਕੀਤੀ ਗਈ ਸੀ ਉਸ ਉੱਪਰ ਮੋਹਾਲੀ ਕੋਰਟ ਦੇ ਵਿੱਚ ਜਿਹੜੀ ਸੁਣਵਾਈ ਹੋਣੀ ਸੀ, ਪਰ ਜਿਹੜੀ ਮੋਹਾਲੀ ਕੋਰਟ ਦੇ ਵਿੱਚ ਇਹ ਸੁਣਵਾਈ 19 ਨਵੰਬਰ ਤੱਕ ਜਿਹੜੀ ਟਾਲ ਦਿੱਤੀ ਗਈ। ਕਾਰਨ ਇਹੀ ਹੈ ਕਿਉਂਕਿ ਸੁਪਰੀਮ ਕੋਰਟ ਦੇ ਵੱਲੋਂ ਸੁਮੇਧ ਸਿੰਘ ਸੈਣੀ ਨੂੰ ਇਸੇ ਮਾਮਲੇ ਦੇ ਵਿੱਚ ਪਹਿਲਾਂ ਹੀ ਜਿਹੜੀ ਇੰਟੀਰੀਅਮ ਬਿਲ ਨੂੰ ਆਪਾਂ ਕੱਚੀ ਰਾਹਤ ਵੀ ਕਹਿ ਸਕਦੇ, ਕੱਚੀ ਜ਼ਮਾਨਤ ਵੀ ਕਹਿ ਸਕਦੇ, ਉਹ ਦਿੱਤੀ ਗਈ ਸੀ। ਤੇ ਉਹ ਸੁਭਾਵਿਕ ਬਣ ਜਾਂਦਾ ਕਿ ਜਿਹੜਾ ਲੋਅਰ ਕੋਰਟ ਹੁੰਦਾ, ਹਾਈ ਕੋਰਟ ਦਾ ਫੈਸਲਾ ਜਦੋਂ ਤੱਕ ਨਹੀਂ ਆਉਂਦਾ ਉਹਨਾਂ ਟਾਈਮ ਜਿਹੜੀ ਆਪਣੀ ਸੁਣਵਾਈ ਨਹੀਂ ਕਰ ਸਕਦਾ, ਤੇ ਉਸ ਨੂੰ ਦੇਖਦੇ ਹੋਏ ਜਿਹੜੀ ਮੋਹਾਲੀ ਕੋਰਟ ਵੱਲੋਂ ਇਹ ਜਿਹੜੀ ਸੁਣਵਾਈ ਹੈ 19 ਨਵੰਬਰ ਤੱਕ ਜਿਹੜੀ ਟਾਲ ਦਿੱਤੀ ਗਈ ਹੈ। ਪਰ ਇੱਥੇ ਇੱਕ ਕਾਨੂੰਨੀ ਨੁਕਤੇ ਦੀ ਜੇਕਰ ਹੋਰ ਗੱਲ ਕਰੀਏ ਤਾਂ ਕਾਨੂੰਨੀ ਨੁਕਤਾ ਇੱਕ ਹੋਰ ਵੀ ਹੈ, ਕਿਉਂਕਿ ਇੰਟੀਰੀਅਮ ਬਿੱਲ ਜਿਹੜੀ ਸੁਪਰੀਮ ਕੋਰਟ ਵੱਲੋਂ ਸੁਮੇਧ ਸਿੰਘ ਸੈਣੀ ਨੂੰ ਪਹਿਲਾਂ ਹੀ ਮਿਲ ਚੁੱਕੀ ਸੀ। ਉਸ ਤੋਂ ਬਾਅਦ ਜਿਹੜਾ ਵਾਰੰਟ ਜਿਹੜਾ ਰੱਦ ਕਰਨ ਦਾ ਤਾਂ ਤੁੱਕ ਹੀ ਨਹੀਂ ਬਣਦਾ ਸੀ ਸੁਮੇਧ ਸਿੰਘ ਸੈਣੀ ਦੇ ਵਕੀਲ ਵੱਲੋਂ, ਫਿਰ ਵੀ ਮੋਹਾਲੀ ਕੋਰਟ ਦੇ ਵਿੱਚ ਜਿਹੜੀ ਪਟੀਸ਼ਨ ਪਾਈ ਗਈ ਕਿ ਉਸਦੇ ਜਿਹੜੇ ਗ੍ਰਿਫਤਾਰੀ ਵਾਰੰਟ ਰੱਦ ਕੀਤੇ ਜਾਣ, ਪਰ ਸੁਪਰੀਮ ਕੋਰਟ ਵੱਲੋਂ ਤਾਂ ਉਹਨਾਂ ਨੂੰ ਪਹਿਲਾਂ ਹੀ ਰਾਹਤ ਦੇ ਦਿੱਤੀ ਗਈ। ਇਹ ਤਾਂ ਕਾਨੂੰਨੀ ਨੁਕਤਾ, ਹੋ ਸਕਦਾ ਕਿ ਉਹਦੇ ਵਕੀਲਾਂ ਵੱਲੋਂ ਕੀ ਸਲਾਹ ਦਿੱਤੀ ਗਈ ਕਿ ਉਹਨਾਂ ਨੇ ਜਿਹੜਾ ਮੋਹਾਲੀ ਕੋਰਟ ਦੇ ਵਿੱਚ ਇਹ ਪਟੀਸ਼ਨ ਪਾਈ। ਜੀ ਜਤਿੰਦਰ ਜੀ, ਆਸ਼ੂ, ਤਮਾਮ ਜਾਣਕਾਰੀ ਦੇ ਲਈ ਧੰਨਵਾਦ। ਸਾਬਕਾ DGP ਦੇ ਗ੍ਰਿਫਤਾਰੀ ਵਾਰੰਟ ਰੱਦ ਕਰਨ ਦੀ ਸੁਣਵਾਈ ਜੋ ਅੱਜ ਮੋਹਾਲੀ ਕੋਰਟ ਦੇ ਵਿੱਚ ਸੀ, ਉਸਨੂੰ ਫਿਲਹਾਲ ਟਾਲ ਦਿੱਤਾ ਗਿਆ ਔਰ 19 ਨਵੰਬਰ ਨੂੰ ਹੁਣ ਇਹ ਸੁਣਵਾਈ ਹੋਵੇਗੀ।